ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਯੂਰਪ ਵਰਕ ਪਰਮਿਟ ਦੇ ਬਾਰੇ। ਬਹੁਤ ਜ਼ਿਆਦਾ ਭੈਣਾਂ ਭਰਾਵਾਂ ਦੇ ਮੈਸੇਜ ਆਉਂਦੇ ਕਿ ਭਾਅ ਜੀ ਸਾਡਾ ਬਜਟ 5 ਲੱਖ ਤੋਂ ਉੱਤੇ ਨਹੀਂ ਹੈਗਾ, ਪਲੀਜ਼ ਸਾਨੂੰ ਕੋਈ ਘੱਟ ਬਜਟ ਵਾਲੀ ਕੰਟਰੀ ਦੱਸ ਦਿਓ, ਅਸੀਂ ਕਰਜ਼ਾ ਲੈ ਕੇ ਜਾਣਾ, ਅਸੀਂ ਕਰਜ਼ਾ ਵੀ ਆਪਣਾ ਇੱਦਾਂ ਦੀ ਕੰਟਰੀ ਦੱਸੋ ਕਰਜ਼ਾ ਸਾਲ ਤੋਂ ਪਹਿਲਾਂ ਅਸੀਂ ਲਾ ਦਈਏ, ਰਿਸ਼ਤੇਦਾਰਾਂ ਦੇ ਮੂੰਹ ਬੰਦ ਕਰ ਦਈਏ, ਅਸੀਂ ਵੀ 4 ਪੈਸੇ ਜੋੜ ਲਈਏ। ਸੋ ਇਸ ਵੀਡੀਓ ਦੇ ਵਿੱਚ ਆਪਾਂ ਬਹੁਤ ਵਧੀਆ ਜੋਬ ਦੀ ਗੱਲ ਕਰਾਂਗੇ ਐਂਡ ਘੱਟ ਬਜਟ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਤੁਹਾਨੂੰ ਵਰਕ ਪਰਮਿਟ ਵੀ ਮਿਲ ਜੇ, ਤੁਸੀਂ ਸਾਲ ਤੋਂ ਪਹਿਲਾਂ ਆਪਣਾ ਕਰਜ਼ਾ ਵੀ ਲਾ ਲਵੋ। ਫੂਡ ਅਕੋਮੋਡੇਸ਼ਨ ਦੀ ਬਹੁਤ ਵੱਡੀ ਰੌਲਾ ਹੁੰਦਾ, ਇੱਕ ਪ੍ਰੋਬਲਮ ਹੁੰਦੀ ਹੈ ਕਿ ਭਾਅ ਜੀ ਅਸੀਂ ਕੰਮ ਤੋਂ ਬਾਅਦ ਥੱਕੇ ਹੋਈਦਾ, ਕੰਮ ਤੋਂ ਬਾਅਦ ਅਸੀਂ ਰੋਟੀ ਬਣਾਈਏ, ਜਾਂ ਅਕੋਮੋਡੇਸ਼ਨ ਇੰਨੇ ਪੈਸੇ ਲੱਗ ਜਾਂਦੇ ਕਿ ਜੋ ਅਸੀਂ ਕਮਾਉਂਦੇ ਹਾਂ ਉਹ ਸਾਡੇ ਪੈਸੇ ਸਾਰੇ ਅਕੋਮੋਡੇਸ਼ਨ ਜਾਂ ਫੂਡ 'ਚ ਚਲੇ ਜਾਂਦੇ ਆ। ਸੋ ਇੱਥੇ ਬਿਲਕੁਲ ਟੈਨਸ਼ਨ ਫਰੀ ਹੋ ਜਾਓ, ਤੁਸੀਂ ਇਸ ਵਰਕ ਪਰਮਿਟ ਦੇ ਵਿੱਚ ਤੁਹਾਨੂੰ ਫੂਡ ਐਂਡ ਅਕੋਮੋਡੇਸ਼ਨ ਬਿਲਕੁਲ ਫਰੀ ਆਫ ਕੋਸਟ 'ਚ ਮਿਲੇਗਾ। ਅਗਰ ਤੁਸੀਂ 50,000 ਵੀ ਕਮਾ ਰਹੇ ਹੋ, 50,000 ਟੋਟਲੀ ਤੁਹਾਡਾ ਸੇਵਿੰਗ ਦੇ ਵਿੱਚ ਜਾਏਗਾ, ਪਲੱਸ ਓਵਰ ਟਾਈਮ ਵੀ ਤੁਹਾਨੂੰ ਐਕਸਟਰਾ ਪੇ ਕੀਤਾ ਜਾਏਗਾ। ਐਂਡ ਅਸੀਂ 8 ਘੰਟੇ ਹੀ ਕੰਮ ਕਰਨਾ, ਸਾਡੇ ਕੋਲ 10 ਘੰਟੇ ਨਹੀਂ ਹੁੰਦਾ, ਬਟ 8 ਘੰਟੇ ਤੋਂ ਬਾਅਦ ਅਗਰ ਅਸੀਂ ਜੋ ਵੀ ਕੰਮ ਕਰਾਂਗੇ ਸਾਨੂੰ ਓਵਰ ਟਾਈਮ ਮਿਲ ਜਾ ਕਰੇ। ਸੋ ਇਹ ਸਾਰੀਆਂ ਚੀਜ਼ਾਂ ਪੋਸੀਬਲ ਹੋ ਗਈਆਂ ਤੁਹਾਡੇ ਵਾਸਤੇ। ਆਪਾਂ ਯੂਰਪ ਦੇ ਵਰਕ ਪਰਮਿਟ ਦੀ ਗੱਲ ਕਰ ਰਹੇ ਹਾਂ, ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਆ ਜੇ, ਸਾਰੀ ਇਨਫੋਰਮੇਸ਼ਨ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜਾਏਗੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਵੈਲਕਮ ਬੈਕ ਟੂ ਮਿਸਿੰਗ ਸਿੰਘ ਚੈਨਲ। ਸੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਯੂਰਪ ਦੇ ਵਰਕ ਪਰਮਿਟ ਦੀ, ਜੋਬ ਦੀ ਰਿਕੁਆਇਰਮੈਂਟਸ ਆਈਆਂ ਨੇ ਜੀ ਯੂਰਪ ਦੇ ਵਿੱਚ। ਐਂਡ ਇੱਥੇ ਕਿਚਨ ਹੈਲਪਿੰਗ ਦੀ ਲੋੜ ਹੈਗੀ ਹੈ ਜੀ, 25 ਤੋਂ 30 ਬੰਦੇ ਚਾਹੀਦੇ ਨੇ, ਫਰਵਰੀ ਮਹੀਨਾ ਲਾਸਟ ਹੈ ਜੀ। ਸੋ ਜਲਦੀ ਜਲਦੀ ਅਪਲਾਈ ਕਰ ਲਵੋ ਯੂਰਪ ਦਾ ਵਰਕ ਪਰਮਿਟ, ਐਂਡ ਬਹੁਤ ਘੱਟ ਬਜਟ ਦੇ ਵਿੱਚ ਹੈਗਾ, ਸਾਲ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣਾ ਕਰਜ਼ਾ ਵੀ ਉਤਾਰ ਦੇਵੋਗੇ, ਜਿੱਥੋਂ ਵੀ ਤੁਸੀਂ ਲੈ ਕੇ ਜਾ ਰਹੇ ਹੋ ਸਾਰਾ ਕਰਜ਼ਾ ਤੁਸੀਂ ਸਾਲ ਤੋਂ ਪਹਿਲਾਂ ਉਤਾਰ ਦੋਗੇ, ਐਂਡ ਉਸ ਤੋਂ ਬਾਅਦ ਤੁਹਾਡੀ ਸੇਵਿੰਗ ਰਹੇਗੀ। ਕਿਚਨ ਦੇ ਵਿੱਚ ਹੈਲਪਿੰਗ ਦਾ ਕੰਮ ਕਰਨਾ, ਡਿਸ਼ਵਾਸ਼ਰ ਦਾ ਵੀ ਕੰਮ ਹੋ ਸਕਦਾ, ਠੀਕ ਹੈ ਜੀ, ਉਸ ਤੋਂ ਬਾਅਦ ਭਾਂਡੇ ਇੱਧਰ ਉੱਧਰ ਰੱਖਣ ਦਾ ਕੰਮ ਹੈਗਾ, ਜਾਂ ਸ਼ੈਫ ਦੇ ਨਾਲ ਤੁਸੀਂ ਹੈਲਪ ਕਰਨੀ ਹੈ। ਸੋ ਇਹ ਸਾਰੇ ਕਿਚਨ ਦੇ ਵਿੱਚ ਕੰਮ ਆ ਜਾਂਦੇ ਨੇ। 8 ਘੰਟੇ ਹੀ ਕੰਮ ਕਰਨਾ, 8 ਘੰਟੇ ਤੋਂ ਉੱਪਰ ਅਗਰ ਕੋਈ ਕਹਿ ਰਿਹਾ ਕਿ ਹਾਂਜੀ ਅਸੀਂ ਜ਼ਿਆਦਾ ਤੁਸੀਂ 10 ਘੰਟੇ ਲਗਾ ਰਹੇ ਹੋ ਜਾਂ 11 ਘੰਟੇ ਲਗਾ ਰਹੇ ਹੋ, 8 ਘੰਟਿਆਂ ਤੋਂ ਉੱਤੇ ਜਿੰਨਾ ਵੀ ਕੰਮ ਕਰੋਗੇ ਓਵਰ ਟਾਈਮ ਤੁਹਾਨੂੰ ਐਕਸਟਰਾ ਪੇ ਕੀਤਾ ਜਾਏਗਾ। ਐਂਡ ਉਸ ਤੋਂ ਬਾਅਦ ਡਾਕੂਮੈਂਟੇਸ਼ਨ ਦੀ ਅਗਰ ਗੱਲ ਕਰੀਏ, ਡਾਕੂਮੈਂਟੇਸ਼ਨ ਦੇ ਵਿੱਚ ਤੁਹਾਡੇ ਕੋਲ 10+2 ਹੋਣੇ ਚਾਹੀਦੇ ਆ। ਅਗਰ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਤਾਂ ਵੈਲ ਐਂਡ ਗੁੱਡ ਹੈ, ਨਹੀਂ ਹੈਗਾ ਡਜ਼ਨਟ ਮੈਟਰ, ਠੀਕ ਹੈ ਜੀ। ਤੁਹਾਡੇ ਕੋਲ ਪਾਸਪੋਰਟ ਹੋਣਾ ਚਾਹੀਦਾ ਹੈ, ਤੁਹਾਡੀਆਂ ਫੋਟੋਆਂ ਰੀਸੈਂਟਲੀ ਨਿਊ ਫੋਟੋ ਹੋਣੀਆਂ ਚਾਹੀਦੀਆਂ ਨੇ, 80% ਤੁਹਾਡਾ ਫੇਸ ਹੋਵੇ ਉਹਦੇ ਵਿੱਚ। ਬਾਕੀ ਜਦੋਂ ਤੁਸੀਂ ਕੋਲ ਕਰੋਗੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਏਗੀ ਯੂਰਪ ਦੇ ਵਰਕ ਪਰਮਿਟ ਬਾਰੇ। ਐਂਡ ਉਸ ਤੋਂ ਬਾਅਦ ਜਿਹੜਾ ਹੈਗਾ ਜੀ, ਪ੍ਰੋਸੈਸਿੰਗ ਟਾਈਮ ਬਹੁਤ ਘੱਟ ਹੈ, ਜਲਦੀ ਜਲਦੀ ਤੁਹਾਡਾ ਵੀਜ਼ਾ ਲੱਗ ਜਾਏਗਾ, ਐਂਡ ਜਲਦੀ ਜਲਦੀ ਤੁਸੀਂ ਆਪਣਾ ਵਰਕ ਪਰਮਿਟ ਲੈ ਕੇ ਕੰਮ ਵੀ ਕਰਨਾ ਸ਼ੁਰੂ ਕਰ ਦੋਗੇ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ TRC ਕਾਰਡ ਦੀ ਜੀ, TRC ਕਾਰਡ ਵੀ ਕੰਪਨੀ ਵੱਲੋਂ ਬਿਲਕੁਲ ਫਰੀ ਆਫ ਕੋਸਟ ਬਣਾ ਕੇ ਦਿੱਤਾ ਜਾਏਗਾ ਵਿਦਇਨ 90 ਡੇਜ਼ ਦੇ ਵਿੱਚ, ਮਤਲਬ ਕਿ 3 ਮਹੀਨਿਆਂ ਦੇ ਵਿੱਚ ਤੁਹਾਡੇ ਕੋਲ TRC ਕਾਰਡ ਵੀ ਮਿਲ ਜਾਏਗਾ। ਸੈਕਿੰਡ ਥਿੰਗ, ਇਹਦੇ ਵਿੱਚ ਮੈਡੀਕਲ ਇੰਸ਼ੋਰੈਂਸ ਵੀ ਕੰਪਨੀ ਹੀ ਪ੍ਰੋਵਾਈਡ ਕਰ ਰਹੀ ਹੈ ਬਿਲਕੁਲ ਫਰੀ ਆਫ ਕੋਸਟ। ਕਈ ਏਜੰਟ ਜਿਹੜੇ ਮੈਡੀਕਲ ਦੇ ਨਾਂ 'ਤੇ ਤੁਹਾਡੇ ਕੋਲ ਐਕਸਟਰਾ ਚਾਰਜਿਸ ਲੈ ਲੈਂਦੇ ਨੇ, ਬਟ ਕੰਪਨੀ ਹੀ ਮੈਡੀਕਲ ਦੇ ਚਾਰਜਿਸ ਪੇ ਕਰ ਰਹੀ ਹੈ। ਸੋ ਤੁਹਾਨੂੰ ਇੱਥੇ ਡਰਨ ਦੀ ਲੋੜ ਨਹੀਂ ਹੈਗੀ, ਤੁਹਾਡਾ ਜਿਹੜਾ ਬਜਟ ਤੁਹਾਡੇ ਬਜਟ ਦੇ ਵਿੱਚ ਹੀ ਹੋਏਗਾ, ਮੈਡੀਕਲ ਇੰਸ਼ੋਰੈਂਸ ਵੀ ਤੁਹਾਨੂੰ ਫਰੀ ਆਫ ਕੋਸਟ ਮਿਲ ਜਾਏਗਾ। ਥਰਡ ਥਿੰਗ, ਵੀਜ਼ਾ ਲੱਗਣ ਤੋਂ ਬਾਅਦ ਟਿਕਟ ਸਾਨੂੰ ਬਾਏ ਕਰਨੀ ਪਏਗੀ ਜਾਂ ਕੰਪਨੀ ਦੇ ਦੇਗੀ, ਉਹ ਵੀ ਆਪਾਂ ਹੱਲ ਕਰਤਾ। ਟਿਕਟ ਵੀ ਕੰਪਨੀ ਤੁਹਾਨੂੰ ਦੇ ਦੇਵੇਗੀ ਬਿਲਕੁਲ ਫਰੀ ਆਫ ਕੋਸਟ ਦੇ ਵਿੱਚ, ਸੋ ਟਿਕਟ ਦੀ ਵੀ ਤੁਹਾਡੀ ਟੈਨਸ਼ਨ ਖਤਮ ਹੋਗੀ। ਐਂਡ ਉਸ ਤੋਂ ਬਾਅਦ ਪੈਸੇ ਕਿੰਨੇ ਕੁ ਲੱਗਣਗੇ, ਐਂਡ ਐਡਵਾਂਸ ਵੀ ਦੇਣਾ ਪਏਗਾ ਕੁਛ, ਹਾਂਜੀ ਐਡਵਾਂਸ ਦੇ ਵਿੱਚ 25,000 ਲੱਗੇਗਾ। 25,000 ਕਿਉਂ ਲੱਗੇਗਾ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਤੁਹਾਡਾ ਵਰਕ ਵੀਜ਼ਾ ਅਪਲਾਈ ਹੁੰਦਾ ਜੀ, ਉਹਦੇ ਚਾਰਜਿਸ ਹੁੰਦੇ ਨੇ, ਤੁਹਾਡੇ ਅਪੋਸਟਲ ਜਿਹੜੇ ਡਾਕੂਮੈਂਟਸ ਹੁੰਦੇ ਨੇ, ਅਪੋਸਟਲ ਹੁੰਦੇ ਨੇ ਜੀ, ਨੋਟਰੀ ਅਟੈਸਟਡ ਹੁੰਦੇ ਨੇ, ਉਹਨਾਂ ਦੇ ਚਾਰਜਿਸ ਹੁੰਦੇ ਨੇ, ਲੋਇਰ ਦੇ ਚਾਰਜਿਸ ਹੁੰਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਮਿਲਾ ਕੇ 25,000 ਰੁਪਏ ਤੁਹਾਡਾ ਐਡਵਾਂਸ ਹੁੰਦਾ, ਰੈਸਟ ਆਫ ਅਮਾਊਂਟ ਆਫਟਰ ਵੀਜ਼ਾ ਰਹੇਗੀ, ਠੀਕ ਹੈ ਜੀ। ਪਲੱਸ 2 ਸਿਕਿਉਰਿਟੀ ਚੈੱਕ ਲੱਗਣਗੇ, ਉਹ ਕਿਉਂ ਲੱਗਣਗੇ, ਕਿਉਂਕਿ ਕਈ ਵਾਰੀ ਬੰਦੇ ਮੁਕਰ ਜਾਂਦੇ ਆ ਵੀਜ਼ਾ ਲੱਗਣ ਤੋਂ ਬਾਅਦ ਕਿ ਅਸੀਂ ਤਾਂ ਜਾਣਾ ਹੀ ਨਹੀਂ, ਵੀਜ਼ਾ ਲੱਗ ਗਿਆ ਹੁਣ ਅਸੀਂ ਨਹੀਂ ਜਾਣਾ। ਸੋ ਇਸ ਕਰਕੇ ਸਿਕਿਉਰਿਟੀ ਦੇ ਰੀਜ਼ਨ ਕਰਕੇ 2 ਬਲੈਂਕ ਚੈੱਕ ਲੱਗਣਗੇ। ਹੁਣ ਮਾਈਂਡ ਸੈਟ ਦੋਗੇ ਕਿ ਪੇਮੈਂਟ ਦੇਣੀ ਕਿੰਨੀ ਹੈ, ਪੇਮੈਂਟ ਤਾਂ ਦੱਸ ਦਿਓ। ਪੇਮੈਂਟ ਅਗਰ ਪੂਰੀ ਜਾਣਨਾ ਹੈ ਤਾਂ ਇਹ ਨੰਬਰ ਫਲੈਸ਼ ਹੋ ਰਿਹਾ, ਇਸ ਨੰਬਰ 'ਤੇ ਕੋਲ ਕਰ ਲਓ, ਤੁਹਾਨੂੰ ਪੇਮੈਂਟ ਬਾਰੇ ਵੀ ਪਤਾ ਚੱਲ ਜਾਏਗਾ ਕਿੰਨੀ ਪੇਮੈਂਟ ਤੁਸੀਂ ਦੇਣੀ ਹੈ।
ਭਾਅ ਜੀ ਸਾਰੀਆਂ ਗੱਲਾਂ ਤਾਂ ਤੁਹਾਡੀਆਂ ਮੰਨ ਲਈਆਂ, ਇਹ ਤਾਂ ਤੁਸੀਂ ਦੱਸਿਆ ਨਹੀਂ ਕਿ ਜਾਣਾ ਕਿਹੜੀ ਕੰਟਰੀ ਦੇ ਵਿੱਚ ਹੈ। ਕੰਟਰੀ ਦਾ ਨਾਮ ਹੈਗਾ ਜੀ ਸਰਬੀਆ, ਸਰਬੀਆ ਦਾ ਵਰਕ ਪਰਮਿਟ ਹੈਗਾ ਜੀ, ਠੀਕ ਹੈ। ਕਿਚਨ ਹੈਲਪਰ ਦੇ ਵਿੱਚ ਸੈਲਰੀ ਬਹੁਤ ਵਧੀਆ ਹੈਗੀ ਹੈ, ਤੁਸੀਂ ਜਿਹੜੀ ਬੇਸਿਕ ਸੈਲਰੀ ਦੀ ਗੱਲ ਕਰ ਲਈਏ 45,000 ਤੋਂ ਸ਼ੁਰੂ ਹੋ ਕੇ 55,000 ਤੱਕ ਚਲੀ ਜਾਂਦੀ ਹੈ ਜੀ, ਪਲੱਸ ਓਵਰ ਟਾਈਮ ਲਗਾ ਕੇ ਤੁਸੀਂ ਇਸ ਤੋਂ ਵੀ ਜ਼ਿਆਦਾ ਕਮਾ ਸਕਦੇ ਹੋ। ਸੋ ਸਾਲ ਤੋਂ ਪਹਿਲਾਂ ਤੁਹਾਡਾ ਕਰਜ਼ਾ ਵੀ ਲੈ ਜਾਏਗਾ, ਤੁਸੀਂ ਆਪਣੀ ਵਧੀਆ ਇੱਕ ਲਾਈਫ ਨੂੰ ਇੰਜੋਏ ਵੀ ਕਰ ਸਕਦੇ ਹੋ। ਯੂਰਪ ਦੀ ਕੰਟਰੀ ਹੈਗੀ ਹੈ, ਐਂਡ ਇੱਕ ਚੀਜ਼ ਹੋਰ ਦੱਸਦਾ, ਸੌਰਵ ਜਿਹੜਾ ਸਰਬੀਆ ਹੈਗਾ ਕਿ ਯੂਰਪ ਦਾ ਸੈਂਟਰ ਪਾਰਟ ਹੈ, ਤਾਂ ਸਾਰੀਆਂ ਹੀ ਡੋਂਕੀਆਂ ਲੱਗਦੀਆਂ ਨੇ। ਬਟ ਆਪਾਂ ਇਸ ਵੀਡੀਓ 'ਚ ਡੋਂਕੀ ਦੀ ਗੱਲ ਨਹੀਂ ਕਰ ਰਹੇ, ਉਹ ਤੁਹਾਡਾ ਮੋਟਿਵ ਹੈ, ਤੁਸੀਂ ਜੋ ਮਰਜ਼ੀ ਕਰੋ, ਬਟ ਸਾਡਾ ਮੋਟਿਵ ਹੈ ਕਿ ਤੁਹਾਨੂੰ ਚੰਗੀ ਗਾਈਡੈਂਸ ਦੇਣਾ, ਇੱਕ ਚੰਗੇ ਰਸਤੇ 'ਤੇ ਲੈ ਕੇ ਜਾਣਾ, ਤਾਂ ਕਿ ਤੁਸੀਂ ਆਪਣਾ ਫਿਊਚਰ ਸਟਰੋਂਗ ਕਰ ਪਾਓ। ਸੋ ਇੰਨੀ ਕੁ ਵੀਡੀਓ ਹੈਗੀ ਸੀ ਸਰਬੀਆ ਵਰਕ ਪਰਮਿਟ ਦੇ ਬਾਰੇ। ਪੂਰੀ ਜਾਣਕਾਰੀ ਵਾਸਤੇ ਇਸ ਨੰਬਰ 'ਤੇ ਕੰਟੈਕਟ ਕਰ ਲਵੋ, ਕੰਟੈਕਟ ਕਰਕੇ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਏਗੀ। ਆਫਿਸ ਜਿਹੜਾ ਹੈਗਾ ਜਲੰਧਰ ਦੇ ਵਿੱਚ ਹੈਗਾ, ਆਦਰਸ਼ ਨਗਰ, ਉੱਥੇ ਜਾ ਕੇ ਮਿਲੋ, ਡਾਇਰੈਕਟਲੀ ਫੇਸ ਟੂ ਫੇਸ ਗੱਲ ਕਰੋ, ਆਪਣੇ ਮੋਮ ਡੈਡ ਨੂੰ ਲੈ ਕੇ ਜਾਵੋ, ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਓਹਲਾ ਨਾ ਰਹੇ। ਮੇਨ ਮੋਟਿਵ ਹੁੰਦਾ ਮੇਰੀ ਵੀਡੀਓ ਦੇ ਵਿੱਚ, ਹਰੇਕ ਵੀਡੀਓ ਦੇ ਵਿੱਚ ਇੱਕ ਰਾਈਟ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਨਾ। ਪੇਰੈਂਟਸ ਨੂੰ ਜ਼ਰੂਰ ਲੈ ਕੇ ਜਾਇਆ ਕਰੋ, ਕਿਉਂਕਿ ਪੇਰੈਂਟਸ ਨੂੰ ਤੁਹਾਡੇ ਨਾਲੋਂ ਜ਼ਿਆਦਾ ਐਕਸਪੀਰੀਅੰਸ ਹੈ ਜ਼ਿੰਦਗੀ ਦਾ, ਉਹਨਾਂ ਨੇ ਆਪਣੀ ਜ਼ਿੰਦਗੀ ਹੰਡਾਈ ਹੁੰਦੀ ਹੈ। ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਜਾਵੋ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਵਾਕਈ ਆਫਿਸ ਵੀ ਹੈਗਾ ਪ੍ਰੋਪਰ, ਜਿਹੜੀ ਤੁਹਾਡੇ ਨਾਲ ਫੇਸ ਟੂ ਫੇਸ ਗੱਲਬਾਤ ਹੋ ਰਹੀ ਹੈ, ਕੋਈ ਵੀ ਝੂਠ ਨਹੀਂ ਹੈਗਾ ਇਸ ਚੀਜ਼ ਦੇ ਵਿੱਚ, ਐਂਡ ਤੁਸੀਂ ਜਾ ਕੇ ਵੀਜ਼ਾ 100% ਅਪਲਾਈ ਕਰ ਸਕਦੇ ਹੋ, ਐਂਡ ਤੁਹਾਡੀ ਜਿਹੜੀ ਜਰਨੀ ਸ਼ੁਰੂ ਕਰ ਸਕਦੇ ਹੋ। ਮਿਲਦੇ ਅਗਲੀ ਵੀਡੀਓ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।